ਅੱਜ ਅਸੀਂ ਐਗਰੀਜ਼ੋਨ ਦੇ ਲੇਟਰ ਲੈਵਲਰ ਦੀ ਅਨਬੋਕਸਿੰਗ ਕਰਨ ਜਾ ਰਹੇ ਹਾਂ ਅਤੇ ਤੁਹਾਨੂੰ ਦਿਖਾਉਂਦੇ ਹਾਂ ਜੀ ਇਹਦੇ ਵਿੱਚ ਕਿਹੜਾ ਕਿਹੜਾ ਸਿਸਟਮ ਹੈ ਅਤੇ ਕੁਆਲਿਟੀ ਉਹਦੀ ਕਿੱਦਾਂ ਦੀ ਹੈ ਜੀ। ਪਹਿਲਾਂ ਅਸੀਂ ਆਪਣਾ ਅਟੈਚੀ ਖੋਲਾਂਗੇ, ਇਹਦੀ ਕੁਆਲਿਟੀ ਤੁਸੀਂ ਦੇਖੋ ਕਿਵੇਂ ਬਣਿਆ ਜੀ। ਇਹ ਵਾਟਰਪਰੂਫ ਅਟੈਚੀ ਹੈ ਜੀ ਅਤੇ ਕੁਆਲਿਟੀ ਤੁਸੀਂ ਆਹ ਦੇਖ ਲਓ ਸਾਰੀ। ਸਭ ਤੋਂ ਪਹਿਲਾਂ ਅਸੀਂ ਕੰਟਰੋਲਰ ਬਾਹਰ ਕੱਢਾਂਗੇ। ਤੁਸੀਂ ਆਹ ਦੇਖੋ ਜੀ ਇਹਦੇ ਵਿੱਚ ਵਾਈਫਾਈ ਸਿਸਟਮ ਲੱਗਾ ਹੋਇਆ ਜੀ। ਲੇਜ਼ਰ ਜੀ ਇਹਦੇ ਤੋਂ ਔਨ ਹੋ ਜਾਂਦੀ ਹੈ ਅਤੇ ਔਫ ਵੀ ਹੋ ਜਾਂਦੀ ਹੈ ਅਤੇ ਆਟੋ ਮੈਨੂਅਲ ਸਾਰਾ ਕੁਝ ਦਿੱਤਾ ਹੋਇਆ ਇਹਦੇ ਵਿੱਚ। ਫਿਰ ਆਪਣਾ ਅੱਗੇ ਆ ਜਾਂਦਾ ਜੀ ਟਰਾਂਸਮੀਟਰ, ਜਿਹੜਾ ਕਿ ਡਿਊਲ ਗ੍ਰੇਡ ਹੈ। ਜੇ ਅਸੀਂ ਸਲੋਪ ਕਰਨੀ ਹੋਵੇ, ਢਲਾਣ ਕਰਨੀ ਹੋਵੇ ਤਾਂ ਇਹਤੋਂ ਅਸੀਂ ਕਰ ਸਕਦੇ ਹਾਂ ਜੀ ਸਾਰੀ। ਫਿਰ ਆ ਜਾਂਦਾ ਜੀ ਆਪਣਾ ਅੱਗੇ ਲੇਜ਼ਰ ਰਿਸੀਵਰ ਜੀ, ਜਿਹੜਾ ਵਾਟਰਪਰੂਫ ਹੀ ਹੈ ਅਤੇ ਅਨਬ੍ਰੇਕੇਬਲ ਹੀ ਹੈ ਜੀ। ਇਹਨੇ ਥੱਲੇ ਸੁੱਟਦੀ ਹੈ ਅਤੇ ਟੁੱਟਦਾ ਨਹੀਂ ਹੈ ਜੀ। ਆਹ ਜਿਹੜਾ ਲੀਡ ਹੈ ਜੀ, ਇਹ ਟਰਾਂਸਮੀਟਰ ਦੀ ਬੈਟਰੀ ਨਾਲ ਜੋੜਨ ਵਾਸਤੇ ਜਿਹੜੇ ਆ ਇਹਦਾ ਜਿਹੜੀ ਹੈਗਾ ਜੀ ਆਪਣਾ ਕਲੈਂਪ ਹੈ ਜਿਹੜਾ ਇਹਨੂੰ ਮਾਊਂਟ ਕਰਦਾ ਟਰੈਕਟਰ ਦੇ ਨਾਲ ਜੀ। ਸਲੀਪ ਚਾੜੀ ਹੋਈ ਹੈ ਅਤੇ ਕੋਈ ਵੀ ਕਿਤੇ ਵੀ ਖਰਾਬ ਨਾ ਹੋਏ ਵਿਦ ਫਿਊਜ ਦੇ ਨਾਲ ਆਉਂਦੀ ਹੈ ਜੀ। ਅਤੇ ਕੋਈ ਪ੍ਰੋਬਲਮ ਹੋਏ ਤਾਂ ਫਿਊਜ ਜਿਹੜਾ ਕੱਟ ਜਾਂਦਾ ਜੀ। ਆਪਣੀ ਕੇਬਲ ਜਿਹੜੀ ਹੈ ਜੀ ਹਾਈਡਰੋਲਿਕਲ ਕੇਬਲ ਹੈ ਜੀ, ਇਹਦੇ ਉੱਪਰ ਵੀ ਸਲੀਪ ਦਿੱਤੀ ਹੋਈ ਹੈ ਵੀ ਕੇਬਲ ਦੀ ਲਾਈਫ ਜਿਹੜੀ ਹੈ ਲੰਬੀ ਹੋ ਜਾਏ। ਹੁਣ ਅਸੀਂ ਐਗਰੀਜ਼ੋਨ ਦਾ ਸਿਸਟਮ ਆਪਣਾ ਕੇਬਲ ਦੇ ਨਾਲ ਬੈਟਰੀ ਦੇ ਨਾਲ ਕਨੈਕਟ ਕਰ ਲਿਆ ਜੀ। ਹੁਣ ਅਸੀਂ ਤੁਹਾਨੂੰ ਇਹਨੂੰ ਚਲਾ ਕੇ ਦਿਖਾਉਂਦੇ ਹਾਂ ਇਹਦੇ ਵਿੱਚ ਕੀ ਕੀ ਫੀਚਰ ਨੇ ਉਹ ਤੁਹਾਨੂੰ ਦੱਸਦੇ ਹਾਂ ਸਾਰਾ। ਸਭ ਤੋਂ ਪਹਿਲਾਂ ਅਸੀਂ ਟਰਾਂਸਮੀਟਰ ਔਨ ਕਰਾਂਗੇ, ਕੰਟਰੋਲਰ ਤੋਂ ਹੀ ਔਨ ਕਰ ਸਕਦੇ ਹਾਂ ਅਤੇ ਇੱਥੋਂ ਇਹਨੂੰ ਔਫ ਕਰ ਸਕਦੇ ਹਾਂ। ਤੁਸੀਂ ਕੋਈ ਸੈਕਿੰਡ ਦੇ ਵਿੱਚ ਆਪਣਾ ਟਰਾਂਸਮੀਟਰ ਜਿਹੜਾ ਚੱਲ ਪਏਗਾ ਜੀ, ਉਹ ਸਟਾਰਟ ਹੋ ਗਿਆ ਜੀ। ਹੁਣ ਇਹਦੇ ਵਿੱਚ ਇੱਕ ਵਿੰਡੀ ਮੂਡ ਹੈ, ਜਦੋਂ ਹਵਾ ਜ਼ਿਆਦਾ ਚੱਲੇ ਤਾਂ ਇਹਨੂੰ ਅਸੀਂ ਦਬਾ ਦਈਏ ਤਾਂ ਆਪਣਾ ਵਾਈਬ੍ਰੇਸ਼ਨ ਟਰਾਂਸਮੀਟਰ ਦੀ ਜਿਹੜੀ ਝਟਕੇ ਹੈ ਜੀ ਲੱਗਣ ਹਟ ਜਾਂਦੇ ਨੇ, ਕਾਫੀ ਹੱਦ ਤੱਕ ਫਰਕ ਪੈ ਜਾਂਦਾ ਜੀ। ਹੁਣ ਅਸੀਂ ਆਪਣਾ ਕੰਟਰੋਲਰ ਔਨ ਕਰ ਰਹੇ ਹਾਂ ਜੀ। ਆਪਣਾ ਕੰਟਰੋਲਰ ਅਤੇ ਰਿਸੀਵਰ ਔਨ ਹੋ ਚੁੱਕੇ ਨੇ। ਇਹਦੇ ਵਿੱਚ ਇਹ ਹੁਣ ਅਸੀਂ ਟਾਈਮਰ ਆਏਗਾ ਜੀ, ਹੁਣ ਮੈਨੂਅਲ ਤਾਂ ਚੱਲਦਾ ਜੇ ਰੇਂਜ ਤੋਂ ਬਾਹਰ ਆਪਣਾ ਰਿਸੀਵਰ ਚੱਲ ਰਿਹਾ ਅਤੇ ਆਊਟ ਆਫ ਰੇਂਜ ਆਏਗਾ ਜੀ ਇਹਦੇ ਉੱਪਰ, ਨਾ ਤਾਂ ਅਸੀਂ ਰਿਸੀਵਰ ਨੂੰ ਫੜ ਕੇ ਲਾਈਟ ਦੇ ਵਿੱਚ ਕਰਾਂਗੇ ਅਤੇ ਆਪਣਾ ਆ ਗਿਆ ਜੀ ਇਹਦੇ ਅਪ ਡਾਊਨ ਵੀ ਦੱਸੇਗਾ ਕਿੰਨੇ ਐਮ ਐਮ ਆਪਣਾ ਜ਼ਮੀਨ ਦਾ ਲੈਵਲ ਉੱਚਾ ਨੀਵਾਂ ਵੀ ਦੱਸੇਗਾ। ਜਦੋਂ ਅਸੀਂ ਆਟੋ 'ਚ ਕਰ ਦਾਂਗੇ ਅਤੇ ਆਪਣਾ ਪ੍ਰੋਪਰ ਕੰਮ ਕਰਨਾ ਸ਼ੁਰੂ ਕਰ ਦੇਵੇਗਾ ਜੀ। ਜੇ ਅਸੀਂ ਸਰਵੇ ਕਰਨਾ ਹੋਏਗਾ ਤਾਂ ਪਹਿਲਾਂ ਅਸੀਂ ਮੈਨੂਅਲ ਕਰਕੇ ਇਹਨੂੰ ਜ਼ਮੀਨ ਦੇ ਵਿੱਚ ਆਪਣੇ ਖੇਤ ਵਿੱਚ ਘੁੰਮਾ ਕੇ ਦੇਖ ਲਾਂਗੇ ਕਿਹੜੀ ਜ਼ਮੀਨ ਸਾਡੀ ਕਿਸ ਪਾਸੋਂ ਕਿੰਨੀ ਉੱਚੀ ਜ਼ਮੀਨ ਹੈ ਜੀ। ਇਹ ਵੀ ਇਹਦੀ ਇੱਥੇ ਫੰਕਸ਼ਨ ਹੈ ਜੀ। ਫਿਰ ਇਹਦੇ ਵਿੱਚ ਟ੍ਰਿਪ ਟਾਈਮਰ ਆਏਗਾ, ਇੱਕ ਮੇਨ ਕਾਊਂਟਰ ਆਏਗਾ ਜਿਹੜਾ ਟੋਟਲ ਕਿੰਨਾ ਸਾਡਾ ਸਿਸਟਮ ਚੱਲ ਚੁੱਕਾ ਉਹ ਵੀ ਆਏਗਾ ਜੀ ਇਹਦੇ ਵਿੱਚ। ਬਾਕੀ ਇਹਦੇ ਵਿੱਚ ਤੁਸੀਂ ਦੇਖ ਰਹੇ ਜੇ ਕੁਆਲਿਟੀ ਵਾਈਜ਼ ਤਾਂ ਬਹੁਤ ਵਧੀਆ ਲੱਗਦਾ ਜੀ। ਆਮ ਕੰਪਨੀ ਇੱਕ ਸਾਲ ਦੀ ਵਾਰੰਟੀ ਦਿੰਦੀ ਹੈ, ਇਹ ਕੰਪਨੀ ਸਾਨੂੰ 2 ਸਾਲ ਦੀ ਵਾਰੰਟੀ ਦੇ ਰਹੀ ਹੈ ਜੀ।